ਮੈਂ ਸਿੱਧ ਜੋਗੀ ਦਾ ਮੰਗਤਾ ਹਾਂ ਮੈਂ ਸਿੱਧ ਜੋਗੀ ਦਾ ਮੰਗਤਾ ਹਾਂ ਮੇਰੇ ਪੱਲੇ ਪਰੇ ਰਹਿੰਦੇ مكتوب في اللغه Thank you.
ਗੁਫਾ ਵਾਲਾ ਜੋਗੀ ਬਾਬਾ ਪੌਣਾ ਹਰੀ ਸਿੰਘ ਜੋਗੀ ਬਾਬਾ ਬਾਲਕਨਾਥ ਜੁੜ ਕੇ ਕਹਿ ਦਿੱਤਾ ਜੋਗੀ ਨੇ ਮੌਜਾਂ ਲਾਈਆਂ ਨੇ ਜੇ ਕਲਾਮਾਂ ਦੀ ਗੱਲ ਕਰੀਏ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ ਬਹੁਤ ਸਾਰੇ ਕਲਾਮ ਜਿਹੜੇ ਤੁਸੀਂ ਸੁਣਦੇ ਰਹਿੰਦੇ ਇਹ ਪਰਿਵਾਰ ਰਾਜ ਦੇ ਨਾਮ ਦੇ ਉੱਪਰ ਹੱਥ ਖੜੇ ਕਰਕੇ ਤਾੜੀਆਂ ਮਾਰੋ ਜਿਹੜੇ ਮੰਨਦੇ ਨਹੀਂ।
ਦਿੱਤਾ ਜੋਗੀ ਨੇ ਮੋਜਾਂ ਲਾਈਆਂ ਨੇ ਮੈਂ ਹੱਥ ਜੋੜ ਕੇ ਕਹਿ ਦਿੱਤਾ ਜੋਗੀ ਨੇ ਮੋਜਾਂ ਲਾਈਆਂ ਨੇ ਸੁਣਿਓ ਜਿਸ ਦਿਨ ਦਾ ਮੈਂ ਨਾਥ ਦਾ ਹੋਇਆ ਉਹ ਝੁਕਣ ਕਿਤੇ ਨਹੀਂ ਦਿੰਦਾ ਹੈ ਝੁਕਣ ਕਿਤੇ ਨਹੀਂ ਸਾਡੇ ਠੇਕੇਦਾਰ ਉਹ ਰੁਕਣ ਕਿਤੇ ਨਹੀਂ ਦਿੰਦਾ ਹੈ ਰੁਕਣ ਕਿਤੇ ਉਹ ਕਹਿੰਦਾ ਕਿਤੇ ਨਹੀਂ ਰੁਕਣ ਦਿੰਦਾ ਕਿ ਤੁਰਦੇ ਹੀ ਜਾ ਉਹ ਜੋਰ ਲਗਾ ਲਿਆ ਬੜਾ ਦੁਖੀਆਂ ਰੁਕਣ ਕਿਤੇ ਨਹੀਂ ਦਿੰਦਾ ਹੈ ਬੜੀਆਂ ਗੱਲਾਂ ਕਰਦੇ ਲੋਕੀ ਕਿਵੇਂ ਚੜ੍ਹਾਇਆ ਬੜੀਆਂ ਗੱਲਾਂ ਕਰਦੇ ਲੋਕੀ ਕਿਵੇਂ ਚੜ੍ਹਾਇਆ ਰਾਜਾ ਕੇ ਛੱਡ ਕੇ ਹਾਂ ਉਹ ਤੇਰੇ ਨਾਲ ਲਾਈਆਂ ਜੋਗੀ ਸਾਰਾ ਜੱਗ ਛੱਡ ਕੇ ਤੁਸੀਂ ਵੀ ਸਾਰੇ ਜਣੇ ਪੌਣਾ ਹਾਰੀ ਤੁੰਦਾ ਤਾਰੀ ਜੀਵਨ ਮੇਰਾ ਰੱਖਦੇ ਤੁਸੀਂ ਕਿਹੜੇ ਕਿਹੜੇ ਮੰਨਦੇ ਹੋ ਬਾਬੇ ਕੌਰ ਹਰੀ ਨੂੰ ਕ੍ਰਾਂਤ ਕਰਕੇ ਮੇਰੇ ਨਾਲ ਸਾਰੇ ਜਣੇ ਰਲ ਕੇ ਗੋਰੇ ਆ ਜਾਓ ਹਾਂਜੀ ਪਿਆਰ ਤੇਰੇ
پونا میں پیار تیرے نال پونا میں پیار تیرے نال پونا میرے جوگی دیے تصویرے میں پیار تیرے نال پونا جڑے جڑے بابا جی نو پیار پونا چاہندے ہاتھ اُتے کر کے ایک واری تاڑی مار کے مٹھی مٹھی کی کہنا ہے تو میرے جوگی دیے تصویرے میں پیار منگتے سر تے تاج سجاوے تیرا جا کھاندا منگ کیونکہ میرے جوگی تے نے رنگ پا Thank you.
ਮੇਰਾ ਗੁਰ ਭਾਈ ਵੀ ਆ ਤੇ ਪੁਲਿਸ ਚ ਨਹੀਂ ਕੋਈ ਥਾਣੇਦਾਰ ਵੀ ਆ ਸੱਜਣ ਦੇ ਪ੍ਰਵਾਹ ਤੇ ਸਾਡਾ ਫੱਕਰ ਵੀ ਬਾਬਾ ਹਰਭਜਨ ਜੀ ਤਾਜਨਗੀਨਾ ਸਾਹਿਬ ਬਹੁਤ ਵਧੀਆ ਸਰੀਲੇ ਫਨਕਾਰ ਤੇ ਉਹਨਾਂ ਦੇ ਬੇਟੇ ਦੋਨੇ ਮੇਰੇ ਪੁੱਤ ਭਤੀਜੇ ਮਨੋਹਰ ਧਾਰੀਵਾਲ ਸਾਹਿਬ ਦਿਨ ਦਾ ਪ੍ਰੋਗਰਾਮ ਵਿਸਾਖੀ ਤੇ ਆ ਰਿਹਾ ਆਦਾ ਨੱਚੀਏ ਬਹੁਤ ਵੱਡਾ ਪ੍ਰੋਗਰਾਮ ਹੈ ਔਰ ਮੇਰੇ ਸਤਿਕਾਰਯੋਗ ਬਹੁਤ ਸੱਚੀ ਤੇ ਸੁੱਚੀ ਕਲਮ ਟੱਕੋਵਾਲ ਪਿੰਡ ਹੈ ਜੋਰਾ ਜਿਹਦੇ ਮੋਰੇ ਕੋਈ ਜ਼ੋਰ ਨਹੀਂ ਚੱਲਦਾ ਸਾਡਾ ਇੰਨੀ ਵਧੀਆ ਕਲਮ ਹੈ ਇਹ ਪਹਿਲੀ ਵਾਰੀ ਨਹੀਂ ਇੱਥੋਂ ਇੱਕ ਵਾਰੀ ਉਹਨਾਂ ਦੇ ਉਸਤਾਦ ਜੀ ਮੈਂ ਘਰ ਛੱਡਣ ਗਿਆ ਸੀ ਯਾਦ ਹੈ ਤੁਹਾਨੂੰ ਦੀਵਾਨਾ ਸਾਹਿਬ ਨੂੰ ਮੈਂ ਇੱਥੋਂ ਤੁਸੀਂ ਮੇਰੀ ਡਿਊਟੀ ਲਾਈ ਸੀ ਕਿ ਬੱਠੀਆਂ ਪਿੰਡ ਛੱਡ ਕੇ ਜਾ ਉਹ ਉਦੋਂ ਅਖੀਰ ਵਾਰੀ ਸੀ ਹਾਂ ਅੱਜ ਵੀ ਇੱਥੇ ਘੁੰਮ ਰਹੇ ਆ ਕਿਉਂਕਿ ਉਹਨਾਂ ਦੀ ਰੂਹ ਹੈ ਤੇ ਮੈਂ ਸ਼ੁਰੂਆਤ ਹੀ ਇਸ ਇਲਾਕੇ ਤੋਂ ਦੀਵਾਨਾ ਸਾਹਿਬ ਤੋਂ ਕਰਦਾ ਜਿਹਨਾਂ ਦਾ 24 ਘੰਟੇ ਹੌਸਲਾ ਬੁਲੰਦ ਹੌਸਲੇ ਹੋਣੇ ਚਾਹੀਦੇ ਨੇ ਜੈਕਾਰਾ ਸਿੱਧ ਬਾਬਾ ਪਾਉਣਾ ਹਰੀ ਜੀ ਦਾ ਬਾਬੇ ਜੈਕਾਰਾ ਬੋਲ ਮੈਂ ਤਾਂ ਕਹਿੰਦਾ ਨਾ ਖਾਓ ਤੁਸੀਂ ਜੈਕਾਰਾ ਸਿੱਧ ਬਾਬਾ ਪਾਉਣਾ ਹਰੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਤਿਕਾਰ ਜੋ ਮੇਰੀਆਂ ਭੈਣਾਂ ਮੇਰੀਆਂ ਧੀਆਂ ਇੱਕ ਤਾੜੀ ਸ਼ੇਰ ਕਰਦਾ ਗੁਰਦੀਪ ਸਿੰਘ ਵਾਸਤੇ ਜ਼ੋਰਦਾਰ ਤਾੜੀ ਮਾਰ ਕੇ ਕਿਸੇ ਨੇ ਨਾ ਹੀ ਲਿਆ ਤੇ ਮੈਂ ਚਾਹੁੰਦਾ ਸੀ ਕਿ ਇਸ਼ਕ ਆਖਦਾ ਹੈ ਕਿ ਇਹਦਾ ਕੁਛ ਰਹਿਣ ਨੂੰ ਨਹੀਂ ਦੇਣਾ ਕੁਛ ਕਹਿਣ ਨੂੰ ਨਹੀਂ ਦੇਣਾ ਤੇ ਕੁਛ ਵਕੀਲ ਸਾਹਿਬ ਤੁਹਾਡਾ ਰਹਿਣ ਨੂੰ ਨਹੀਂ ਦੇਣਾ ਇਸ਼ਕ ਇਹਦਾ ਮੈਂ ਨਹੀਂ ਕੀਤਾ ਦੀਵਾਨਾ ਸਾਹਿਬ ਵਾਸਤੇ ਕੋਈ ਤਾੜੀ ਮਾਰ ਦੇਣਾ ਦੌਲਤਾਂ ਵੀ ਦਿੱਤੀਆਂ ਸਿੱਧ ਬਾਬਾ ਪਾਉਣਾ ਹਰੀ ਨੇ ਸਾਨੂੰ ਸ਼ੌਰਤਾਂ ਵੀ ਦਿੱਤੀਆਂ ਔਰ ਸ਼ੇਰਗੜੀਆਂ ਨੂੰ ਦੌਲਤਾਂ ਵੀ ਦਿੱਤੀਆਂ ਪਾਉਣਾ ਹਰੀ ਤੇਰੇ ਰਹਿਮਤਾਂ ਦੇ ਭਰੇ ਨੇ ਇੱਕ ਵਾਰੀ ਪੁੱਤ ਮੈਨੂੰ ਕਹਿ ਦੇ ਜੋਗੀਆ ਮੈਨੂੰ ਫੇਰ ਜਾਗ ਸਾਰਾ ਦਿਨ ਜੇ ਹਟੋ ਬਸ ਤੋ ਹਰ ਕੀ ਕਰਦੀ ਜੇ ਹਟੋ ਬਸ
ਮੇਰਾ ਸਿੰਘੀਆਂ ਵਾਲਾ ਜੋਗੀ ਤੂਣੇ ਤੂਣੇ
ਬਣਾਏ ਹੈ ਉਹਦੀ ਕਾ ਕਰਦਿਆਂ ਨੂੰ ਕਹੀ ਬਾਬਾ ਜੀ ਅੱਗੇ ਗੈਰ ਪੈਤਾਨੇ ਮਾਰਦੇ ਸੀ ਹੋ ਜੱਗੇ ਗੈਰ ਪੈਤਾਨੇ ਮਾਰਦੇ ਸੀ ਹੁਣ ਤੇ ਆਪਣੇ ਵੀ ਗੈਰਾਂ ਨਾਲ ਹੋ ਗਏ ਹੁਣ ਕਰਮ ਰਾਜੂ ਤੇ ਚਾਹੀਦਾ ਏ ਬਾਬਾ ਜੀ ਹੁਣ ਕਰਮ ਕੁਲਦੀਪ ਤੇ ਚਾਹੀਦਾ ਏ ਉਹ ਮੇਰੇ ਕਾਲਿਆਂ ਤੋਂ ਚਿੱਟੇ ਨਾਰ ਹੋ ਗਏ ਮੇਰੇ ਕਾਲਿਆਂ ਤੋਂ ਚਿੱਟੇ ਨਾਰ ਹੋ ਗਏ ਹੋਏ ਦੇ ਬਾਬਾ ਦੇ ਝੰਡੇ ਤਾਰੇ ਲੱਗੇ ਹੋਏ ਬਾਬਾ ਦੇ ਝੰਡੇ
بدليا پر نہیں بدليا میرا سونا ہری جی او پر نہیں بدليا ایتھے دن بدل گئے ایتھے سال بدل گئے ایتھے دن بدل گئے ایتھے سال بدل گئے ایتھے لوگ بدل گئے ایتھے کال بدل گئے ایتھے بدلی دنیا ساری جی پر نہیں بدل رہا پر نہیں بدل گیا میرا پورا ہماری جی راجو بابا جی بیٹھے ہیں میں ایک اس چیز اپنی زندگی دے تے جمائیو آئی میں اڈے جا کے 5-5 روپے دیہاڑی کیتی ہو جی اڈے جا کے لیبر اڈا کر جا کے میں 5 روپے دیہاڑی کیتی ہے میں اج اودی کرپا نال 50 لاکھ روپے ویکھ تے کمایا جی میریاں 4 پیڑا سی جی میں اودے اگے فریاد کیتی ساڈے گھر تاں اوناں بہت سکھی رہیاں او اگے جا کے چار دیاں چارے دکھی رہیاں اینیاں دکھی سی کوئی جان کے جدوں اسی جائیدا سی روندے اپنی بھاناں دے گھروں واپس آئی جائے روندے میں پونا دی ہر اپنے مالک اگے فریاد کیتی بے ربا بے مینوں تھی نہ تے میں طلاق پت تیاں ماڑیاں نہیں ਪਰ ਉਹਨਾਂ ਦੇ ਮਾਪਿਆਂ ਘਰ ਬਹੁਤ ਵਧੀਆ ਜਦੋਂ ਸਹੁਰੇ ਘਰ ਜਾਂਦੀਆਂ ਤੇ ਧੀ ਨੂੰ ਹਰ ਕੋਈ ਬਗਾਨਾ ਹੀ ਕਹਿੰਦਾ ਜਦੋਂ ਮਾਪਿਆਂ ਦੇ ਘਰ ਹੁੰਦੀ ਤਾਂ ਵੀ ਬਗਾਨੀ ਸਹੁਰੇ ਘਰ ਜਾਂਦੀ ਤਾਂ ਵੀ ਬਗਾਨੀ ਪਹਿਲਾਂ ਆਪਣੇ ਮਾਪੇ ਤੋਂ ਡਰਦੀ ਆ ਵੀ ਭਰਾਵਾਂ ਤੋਂ ਡਰਦੀ ਆ ਵੀ ਪੁੱਤਾਂ ਤੋਂ ਡਰਦੀ ਆ ਡਰ ਡਰ ਕੇ ਸਾਰੀ ਉਮਰ ਕੱਢ ਦਿੰਦੀ ਆ ਇੱਥੇ ਤੱਕ ਜਿੱਥੇ ਤੱਕ ਭੈਣਾਂ ਬੈਠੀਆਂ ਐਂਡ ਤੱਕ ਵੀ ਕੱਪੜਾ ਜਿਹੜਾ ਨਾ ਮਾਪਿਆਂ ਦਾ ਡਿੱਗਦੇ ਆ ਸਾਰੀ ਉਮਰ ਰਿੜਕ ਰਿੜਕ ਕੇ ਮਰ ਜਾਂਦੀਆਂ ਉਸ ਘਰ ਬਦਲੇ ਪਰ ਉਹ ਫੇਰ ਵੀ ਉਹਨੂੰ ਚੜ ਕੇ ਕੋਈ ਢੋਈ ਨਹੀਂ ਹੈਗੀ ਮੇਰਾ ਗੁੱਸਾ ਨਾ ਕਰਿਓ ਮੇਰੀਆਂ ਭੈਣਾਂ ਵੀ ਆ ਮੇਰੀਆਂ ਮਾਵਾਂ ਵੀ ਆ ਮੇਰੀ ਸਭ ਕੁਛ ਹੈਗਾ ਪਰ ਧੀ ਦਾ ਦੁੱਖ ਜਿਹੜਾ ਬਹੁਤ ਵੱਡਾ ਦੁੱਖ ਆ ਔਰ ਉਸ ਬਾਬੇ ਨੇ ਪਹਿਲਾਂ ਲੇਟ ਦਿੱਤੇ ਆ ਮੇਰੇ 2 ਬੇਟੇ ਦਿੱਤੇ ਆ ਮੇਰੇ ਭਰਾ ਦੇ ਵੀ 2 ਬੇਟੇ ਆ ਜੀ ਔਰ ਮਨ ਦਾ ਉਹ ਮਨਾਉਣ ਵਾਲਾ ਚਾਹੀਦਾ ਕਹਿੰਦੇ ਇਸ ਉਹਦੀ ਹਰ ਚੀਜ਼ ਨੂੰ ਮੰਨਦਾ ਪਰ ਉਹਨੂੰ ਆਪਣੇ ਅੰਦਰ ਜੋਤ ਜਗਾਉਣੀ ਪੈਂਦੀ ਆ ਹਰ ਵੇਲੇ ਉਹਦੇ ਪਾਣੀ 'ਚ ਰਹੋ ਸਭ ਕੁਛ ਦਿੰਦਾ ਜੀ ਉਹ ਸੁਣਦਾ ਹੈ ਜੀ ਅਬਕੀਰ ਸਾਹਿਬ ਮੇਰੇ ਗਵਾਹ ਆ ਇਸ ਚੀਜ਼ ਦੇ ਅਸੀਂ ਕੋਲ ਜਾ ਕੇ ਅਬਕੀਰ ਸਾਹਿਬ ਦੱਸੋਗੇ ਜੈ ਬਾਬਾ ਜੀ ਸਾਰਿਆਂ ਨੂੰ ਜੀ ਅਸੀਂ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਦੀ ਗੁਫਾ ਦੇ ਦਰਸ਼ਨ ਕਰਨ ਗਏ ਤੇ ਜਿਸ ਵੇਲੇ ਅਸੀਂ ਗੁਫਾ ਦੇ ਮੱਥਾ ਟੇਕ ਕੇ ਥੱਲੇ ਵਾਪਸ ਸਿਰਫ ਮੁੜੇ ਹੀ ਆ ਤੇ ਕੁਲਦੀਪ ਭਾਜੀ ਕਹਿੰਦਾ ਵੀ ਜੇ ਗੁਫਾ ਤੇ ਜਿਹੜਾ ਰਸਤਾ ਆ ਤੇ ਸਿੱਧਾ ਹੋ ਜਾਏ ਤੇ ਜਦੋਂ ਸੰਗਤ ਜਾਂਦੀ ਆ ਮੇਲੇ ਨੂੰ ਬਹੁਤ ਰਸ਼ ਹੋ ਜਾਂਦਾ 10-10 ਘੰਟੇ ਮਤਲਬ ਦਰਸ਼ਨ ਕਰਨ ਨੂੰ ਲੱਗ ਜਾਂਦੇ ਭਾਈ ਜੀ ਨੇ ਕਹੀ ਆ ਗੱਲ ਬਈ ਰਸਤਾ ਜੇ ਸਿੱਧਾ ਹੋ ਜਾਏ ਇਹ ਸਾਨੂੰ ਸੇਵਾ ਦੇ ਦੇਣ ਅਸੀਂ ਕਰਾਂਗੇ ਇੰਨੀ ਗੱਲ ਕਹਿਣ ਤੇ ਡੇਰ ਆ ਅਸੀਂ 10-15 ਦਿਨਾਂ ਬਾਅਦ ਫੇਰ ਬਾਬਾ ਜੀ ਦੀ ਕਿਰਪਾ ਹੋਈ ਅਸੀਂ ਦੁਬਾਰਾ ਗਏ ਉੱਥੇ ਕੰਮ ਸ਼ੁਰੂ ਹੋਇਆ ਜੋ ਭਾਜੀ ਨੇ ਗੱਲ ਕਹੀ ਆ ਨਾ ਸਾਡੇ ਦਿਲ ਚ ਤੋਂ ਉਹਨਾਂ ਨੇ ਬਾਬਾ ਜੀ ਅੱਗੇ ਇਹਨਾਂ ਨੇ ਮਨੋਂ ਕਹੀ ਗੱਲ ਮੈਂ ਹੈਰਾਨ ਹਾਂ ਵੀ ਦੇਖੋ ਬਾਬਾ ਜੀ ਹਾਜ਼ਰ ਨਾਜ਼ਰ ਆ ਸਿਰਫ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਅਸੀਂ ਕਈ ਵਾਰੀ ਭੁੱਲ ਜਾਈਦਾ ਬਾਬਾ ਜੀ ਹਰ ਵੇਲੇ ਹਾਜ਼ਰ ਨਾਜ਼ਰ ਹਰ ਵੇਲੇ ਅੰਗ ਸੰਗ ਹੈ ਗਿਆ ਉਹਨਾਂ ਦਾ ਕਦੀ ਵੀ ਸਾਥ ਨਾ ਭੁਲਾਓ ਤੇ ਉਹਨਾਂ ਦੇ ਸਾਥ ਹੀ ਆ ਸਾਡੇ ਤੋਂ ਹੋਣੇ ਸਾਡੇ ਤੋਂ ਲੈਣਾ ਕੁਛ ਨਹੀਂ ਉਹਨਾਂ ਨੇ ਬਾਬਾ ਜੀ ਨੇ ਸਾਡੇ ਤੋਂ ਕੁਛ ਨਹੀਂ ਲੈਣਾ ਸਿਰਫ ਦੇਣ ਹੀ ਆਏ ਆ ਸਭ ਕੁਝ ਦੇਣਾ ਉਹਨਾਂ ਨੇ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਂਦੇ ਆ ਗਲਤ ਕੰਮਾਂ ਤੋਂ ਬਚੋ
ਕੋਈ ਨਸ਼ਾ ਕੋਈ ਕਿਸੇ ਤਰ੍ਹਾਂ ਦਾ ਵੀ ਨਸ਼ਾ ਮਾੜਾ ਆ ਨਸ਼ਿਆਂ ਤੋਂ ਗੁਰੇਜ਼ ਕਰੋ ਬਾਬਾ ਜੀ ਦੇ ਚਰਨਾਂ 'ਚ ਲੱਗੇ ਰਹੋ ਬਾਕੀ ਸਾਡੇ ਭਾਜੀ ਹੁਣੀ ਬਹੁਤ ਸੇਵਾ ਕਰਦੇ ਆ ਕਿਰਦੀਪ ਭਾਜੀ ਲੱਗੇ ਤੇ ਰੱਬ ਨੂੰ ਕਹੇਗਾ ਜੀ ਸਾਡੇ ਲਈ ਤਾਂ ਬਹੁਤ ਸਾਡੇ ਭਾਈ ਸਾਹਿਬ ਬਣੀ ਗਾਂ ਦੇਖੋ ਕਿੰਨੀ ਦੂਰੋਂ ਇਹ ਨਾ ਹਰ ਸਾਲ ਤਰ੍ਹਾਂ ਬਾਬਾ ਜੀ ਜਾਂਦੇ ਆ ਬਹੁਤ ਮੈਂ ਨਾ ਵੀ ਆਪਾਂ ਭਾਜੀ ਦੇ ਯੂਟਿਊਬ 'ਤੇ ਵੀ ਸਾਰੇ ਦੇਖਦੇ ਰਹੀ ਦਾ ਅੱਜ ਸਾਕਸ਼ਾਤ ਇਹਨਾਂ ਦਰਸ਼ਨ ਹੋਏ ਸਾਨੂੰ ਬੜੀ ਖੁਸ਼ੀ ਆ ਬਾਬਾ ਜੀ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਚੜ੍ਹਦੀ ਕਲਾ ਬਖਸ਼ਣ ਬਹੁਤ ਜ਼ਿਆਦਾ ਜਿਕਰਾ ਪੁਣਾ ਹਰੀ ਜੀ ਦਾ ਬਹੁਤ ਸੱਚੇ ਦਰਬਾਰ 'ਚ ਆ ਭਾਜੀ ਹੁਣੀ ਆਪਣਾ ਸ਼ਬਦ ਪੂਰਾ ਕਰਨਗੇ ਝੋਲੀ ਵਿੱਚੋਂ ਵੰਡਦਾ ਏ ਅੱਜ ਵੀ ਰੂਹਾਂ ਨਾਮ ਦੇ ਰੰਗ ਵਿੱਚ ਰੰਗਦਾ ਏ ਅੱਜ ਵੀ ਰੂਹਾਂ ਨਾਮ ਦੇ ਰੰਗ ਵਿੱਚ ਰੰਗਦਾ ਏ ਦਾਨੀ ਬਦਲਿਆ ਨਹੀਂ ਦਾਨੀ ਬਦਲਿਆ ਨਹੀਂ ਪਰ ਬਦਲੇ ਕਈ ਭਿਖਾਰੀ ਜੀ ਦਾਨੀ ਬਦਲਿਆ ਨਹੀਂ ਪਰ ਬਦਲੇ ਕਈ ਭਿਖਾਰੀ ਧੰਨਵਾਦ ਕਰਦਾ ਫਿਰ ਤੋਂ ਰਾਜੂ ਬਾਬਾ ਜੀ ਦਾ ਜਿਹਨਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਸਿੱਧੂ ਕੀ ਪਾਉਣਾ ਬਾਬਾ ਜੀ ਦੀ ਚੌਂਕੀ ਕਰਾਈ ਹੈ ਰਿਪੋਰਟਰ ਪਹੁੰਚੇ ਨੇ ਮੈਂ ਧੰਨਵਾਦ ਕਰਦਾ ਸਾਰੀ ਕਵਰੇਜ ਕੀਤੀ ਉਹਨਾਂ ਨੇ ਲਾਈਵ ਕੀਤਾ ਸਾਰਾ ਸਾਡੇ ਵਕੀਲ ਸਾਹਿਬ ਕੁਲਦੀਪ ਭਾਈ ਠੇਕੇਦਾਰ ਜੀ ਰਾਜੂ ਬਾਬਾ ਜੀ ਹੋਰ ਵੀ ਸਾਰੇ ਕਾਫੀ ਪਤਵੰਤ ਸੱਜਣ ਸੰਭੋਗ ਵੀ ਚਲੇ ਗਏ ਨੇ ਫਿਰ ਤੋਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੋਰਾ ਟਕੋਲਾ ਸਾਹਿਬ ਦਾ ਧੰਨਵਾਦ ਕਰਦਾ ਔਰ ਉਹਨਾਂ ਦੇ ਚਾਰ ਪੰਜ ਭਜਨ ਮੈਂ ਰਿਕਾਰਡ ਕੀਤੇ ਨੇ ਸਤਿ ਸ਼੍ਰੀ ਅਕਾਲ।
يا
ਬੇਟੇ ਇਹਨੂੰ ਕਰਮ بولا پونا ہاری دی جے وہ سارے بولو جے بابے وہ بھنا بھی بولن جے بابے وہ بیر بھی بولن جے بابے اچھی بولو جے بابے جج بابا بھی بولے جے بابے وہ سارے بولو جے بابے پونا ہاری دی جے دودا تاری دی جے پونا ہاری دی میرے گلاب دے پھلاں ورگی سنگت نو جے بابے دی جے بابے جے بابے دی کانگریس شہر چو رویدہ جی پونا ہری آیا کانگریس جی ترتی پونا ہری آیا سنگی ہو نال لے آیا شیر گاڑی اتے امرت چھکایا امرت چھکا کے اتے مندر بنایا مندر بنا کے بچ بیٹھ ٹکایا ہو گئی بلے بلے شیر گاڑی تے آنے والیا تیری ہو گئی بلے بلے شیر گاڑی تے آنے والیا تیری ہو گئی بلے بلے پونا ابھی ہے دس مانس دی ਜਕਾਰਾ ਪਾਉਣਾ ਹਾਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਪ੍ਰੋਗਰਾਮ ਕਰਾਇਆ ਗਿਆ ਸਾਰੇ ਸੰਗਤ ਦੇ ਜਿੰਨਾ ਵੀ ਇਲਾਕਾ ਬਾਹਰ ਬੈਠੇ ਕਿਤੇ ਵੀ ਆ ਸਾਰਿਆਂ ਦੇ ਸਹਿਯੋਗ ਦਾ ਪਰਮਾਤਮਾ ਉਹਨਾਂ ਦੀ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਜਿੱਦਾਂ ਇੱਦਾਂ ਮੇਲਾ ਹਰ ਸਾਲ ਦੀ ਤਰ੍ਹਾਂ ਇੱਦਾਂ ਹੀ ਮੇਲਾ ਹੁੰਦਾ ਰਹੇ ਬਾਬਾ ਜੀ ਦੀ ਕਿਰਪਾ ਦੇ ਨਾਲ ਬਾਬਾ ਜੀ ਦਾ 24 ਸਾਲ ਹੋ ਗਏ ਇਸ ਪ੍ਰੋਗਰਾਮ ਨੂੰ ਚੱਲਦੇ ਨੂੰ ਸਭ ਤੋਂ ਵੱਡੀ ਗੱਲ ਆ ਬਾਬਾ ਜੀ ਦੀ ਇਹ ਦੇਣ ਇਸ ਮੇਲੇ ਨੂੰ ਕਿ ਨਾ ਕੋਈ ਕਮੇਟੀ ਆ ਨਾ ਕੋਈ ਪ੍ਰਧਾਨ ਆ ਨਾ ਕੋਈ ਮੈਂਬਰ ਆ ਸਾਰੇ ਸੇਵਾਦਾਰ ਆ
ਸਭ ਤੋਂ ਵੱਡੀ ਇਹ ਆ ਬਾਬਾ ਜੀ ਦੀ ਕਿਰਪਾ ਕਿ ਨਹੀਂ ਤਾਂ ਅੱਜ ਕੱਲ੍ਹ ਅੱਜ ਮੇਲਾ ਹੁੰਦਾ ਦੂਏ ਦਿਨ ਬੰਦ ਹੋ ਜਾਂਦਾ ਤੀਜੇ ਦਿਨ ਬੰਦ ਹੋ ਜਾਂਦਾ ਦੂਏ ਸਾਲ ਇਹ ਮੇਲੇ ਨੂੰ 24 ਸਾਲ ਹੋ ਗਏ ਆ ਇਸ ਕਰਕੇ ਜਿੰਨੇ ਵੀ ਮੇਰੇ ਭੈਣ ਭਾਈ ਆ ਮੇਰੀਆਂ ਮਾਵਾਂ ਜਿੰਨੇ ਵੀ ਸਾਰੇ ਇਲਾਕੇ ਦਾ ਦੇ ਸਹਿਯੋਗ ਦੇ ਨਾਲ ਮੇਲਾ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਇੰਟਰਨੈਸ਼ਨਲ ਸਾਰੇ ਪਹੁੰਚੇ ਸੀ ਬੇਅੰਤ ਬਾਬਾ ਜੀ ਦੀਆਂ ਭੇਟਾਂ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ ਮੈਂ ਸਭ ਦਾ ਧੰਨਵਾਦੀ ਹਾਂ ਆਈ ਹੋਈ ਸੰਗਤ ਦਾ ਰਿਣੀ ਹਾਂ ਕੋਟ ਕੋਟ ਨਮਸਕਾਰ ਕਰਦਾ ਮੈਂ ਸਭ ਦੇ ਚਰਨਾਂ 'ਚ ਕਿ ਜੋ ਬਾਬਾ ਜੀ ਦੇ ਮੇਲੇ 'ਚ ਵਿੱਚ ਇੰਨੀ ਹੁੰਮ ਹਮਾ ਕੇ ਪਹੁੰਚੇ ਆ ਜਕਾਰਾ ਪਾਉਣਾ ਹਰੀ ਦਾ ਬਾਕੀ ਜੋ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਬਾਈ ਜੋ ਵੀ ਸਾਡੇ ਜਿਨ੍ਹਾਂ ਦੇ ਸਹਿਯੋਗ ਨਾਲ ਵਕੀਲ ਸਾਹਿਬ ਜੀ ਆ ਸਰਜੀਤ ਐਡਵੋਕੇਟ ਹਾਈਕੋਰਟ ਤੋਂ ਕੁਲਦੀਪ ਜੀ ਠੇਕੇਦਾਰ ਜੀ ਸਾਡੇ ਕਿਰਨ ਭਾਈ ਸ਼ਮਿੰਦਰ ਜੀ ਮੈਂ ਕਿਹੜਾ ਕਿਹੜਾ ਨਾਂ ਲਵਾਂ ਨਾਂ ਲਊਂਗਾ ਤਾਂ ਬਹੁਤ ਲੰਬੀ ਲਾਈਨ ਬਣੂਗੀ ਸਾਡੇ ਹਰਵਿੰਦਰ ਜੀ ਜੀਜਾ ਜੀ ਸਾਹਿਬ ਬੈਠੇ ਆ ਸਾਰੇ ਇਲਾਕੇ ਦਾ ਮੈਨੂੰ ਸਾਰੇ ਬੱਚਿਆਂ ਦਾ ਇੰਨਾ ਸਹਿਯੋਗ ਆ ਕਹਿਣ ਦੀ ਗੱਲ ਨਹੀਂ ਮੈਂ ਸਭ ਦਾ ਧੰਨਵਾਦੀ ਹਾਂ ਕਰਾ ਪਾਉਣਾ ਹਰ ਜੀ ਦਾ ਬਹੁਤ ਸਾਡੇ ਬੜੇ ਸਤਿਕਾਰਯੋਗ ਰਾਜੂ ਬਾਬਾ ਜੀ ਸ਼ੇਰਗੜ੍ਹ ਤੋਂ ਇਹਨਾਂ ਦੀ ਸਾਡੇ 'ਤੇ ਬੜਾ ਆਸ਼ੀਰਵਾਦ ਆ ਬੜਾ ਪਿਆਰ ਆ ਬਾਬਾ ਜੀ ਨੂੰ ਇਹਨਾਂ ਨੂੰ 4-5 ਮਹੀਨੇ ਪਹਿਲੇ ਦਾ ਚਾਅ ਚੜ੍ਹ ਜਾਂਦਾ ਮਤਲਬ ਇੰਨੇ ਅਸੀਂ ਹੈਰਾਨ ਹੁੰਦੇ ਹਾਂ ਵੀ ਇੰਨਾ ਕੋਈ ਸੇਵਾ 'ਚ ਕਿੱਦਾਂ ਲੀਨ ਹੋ ਸਕਦਾ ਮਤਲਬ 6 ਮਹੀਨੇ ਤੋਂ ਪਹਿਲੇ ਬਾਬਾ ਜੀ ਨੇ ਤਿਆਰੀ ਕਰਦੇ ਪਏ ਬਾਬਾ ਜੀ ਬੜੇ ਪਾਉਣਾ ਹਰੀ ਜੀ ਦੇ ਪ੍ਰੋਗਰਾਮ ਦੀ ਅਤੇ 24 ਮੈਂ ਇਸ ਵਾਰ ਇਹਨਾਂ ਨੇ ਪ੍ਰੋਗਰਾਮ ਕਰਾਇਆ ਮਹਾਰਾਜ ਦੇ ਇਹਨਾਂ 'ਤੇ ਪੂਰੀ ਕਿਰਪਾ ਹੈਗੀ ਆ ਅਤੇ ਮੇਰੇ ਹਿਸਾਬ ਨਾਲ ਕੱਲ੍ਹ ਹਜ਼ਾਰਾਂ ਦੀ ਗਿਣਤੀ ਸੰਗਤ ਜਿਹੜੀ ਆਈ ਸੀ ਇੱਥੇ ਪੂਰਾ ਦਿਨ ਚੌਂਕੀ ਲੱਗੀ ਬਾਬਾ ਜੀ ਦੀ ਅਤੇ ਇਹਨਾਂ ਦੇ ਬਜ਼ੁਰਗਾਂ ਦਾ ਸਾਰੇ ਇਲਾਕੇ ਦਾ ਪੂਰਾ ਧੰਨਵਾਦ ਆ ਜੀ ਸਾਨੂੰ ਬੜੀ ਖੁਸ਼ੀ ਹੋਈ ਆ ਬਾਬਾ ਜੀ ਇਹਨਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਗੱਲਾਂ ਬਖਸ਼ਣ ਅਤੇ ਹਰ ਸਾਲ ਇਹ ਤੋਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਵਧੀਆ ਕਰਾਉਣ ਅਤੇ ਬਾਬਾ ਜੀ ਪੂਰੀ ਮਿਹਰ ਰੱਖਣ ਸਾਰਿਆਂ 'ਤੇ ਚੜ੍ਹਦੀ ਕਲਾ ਰੱਖਣ ਪਾਉਣਾ ਹਰੀ ਜਕਾਰਾ ਪਾਉਣਾ ਹਰੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਕਾਰਾ ਗੁਰਤਾਤਰਾ ਜੀ ਦੇ ਸੇਵਕ ਦਾ ਬਹੁਤ ਸੱਚੇ ਦਰਬਾਰ ਕੀ ਜੈ ਮੈਂ ਸਿੱਧ ਜੋਗੀ ਦਾ ਮੰਗਤਾ ਹਾਂ ਮੈਂ ਸਿੱਧ ਜੋਗੀ ਦਾ ਮੰਗਤਾ ਹਾਂ ਮੇਰੇ ਪੱਲੇ ਪਰੇ